Now third pillar is the state of Punjab. State of Punjab and the district and the place from where you are from. ਇਹਦੇ ਕੁਐਸਚਨ ਤੁਸੀਂ ਤਿਆਰ ਕਰਨੇ ਹੈ ਬੇਸਿਕ ਕੁਐਸਚਨ ਆਨ ਜੀਓਗ੍ਰਾਫੀ ਹਿਸਟਰੀ ਕਲਚਰ ਪੋਲੀਟਿਕਸ ਇਕਨੋਮੀ ਗਵਰਨੈਂਸ ਆਫ ਪੰਜਾਬ ਠੀਕ ਹੈ ਜੀ ਇਹ ਤੁਸੀਂ ਕੁਐਸਚਨ ਬੈਂਕ ਨੈਟ 'ਤੇ ਪਿਆ ਐਂਡ ਯੂ ਹੈਵ ਟੂ ਪ੍ਰੀਪੇਅਰ ਇੱਕ ਲੈਕਚਰ ਮੈਂ ਲਗਾਊਂਗਾ ਇਸ 'ਤੇ ਕੱਲ੍ਹ ਨਹੀਂ ਲਗਾਊਂਗਾ ਕੱਲ੍ਹ ਮੈਂ ਕਿਹਾ ਸੀ ਪਰ ਪਰਸੋਂ ਲਊਂਗਾ ਪਰ ਮੈਨੂੰ ਕੰਮ ਇਨਫ ਹੋਊਗਾ ਤੁਸੀਂ ਕਰ ਲਓ ਪਰਸੋਂ ਆਈ ਵਿਲ ਟੇਕ ਕਲਾਸ ਕੱਲ੍ਹ ਲੈਕਚਰ ਹੈ ਥੋੜ੍ਹਾ ਬਿਜ਼ੀ ਹੋਣਾ ਬਿਕੋਜ਼ ਵੀ ਹੈਵ ਟੂ ਡੂ ਅਵਰ ਐਨਾਲਿਸਿਸ ਤੋ ਕੋਈ ਗੱਲ ਨਹੀਂ ਡਜ਼ਨਟ ਮੈਟਰ ਆਈ ਅਤੇ ਪਰਸੋਂ ਆਪਾਂ ਕਲਾਸ ਲਵਾਂਗੇ ਅਤੇ ਆਈ ਹੈਵ ਟੂ ਡਿਸਕਸ ਸਮ ਸਰਟਨ ਅਨਕੰਫਰਟੇਬਲ ਥਿੰਗਸ ਅਬਾਊਟ ਪੰਜਾਬ ਔਰ ਅਦਰ ਕੁਐਸਚਨਸ ਵਿੱਚ ਕਿ ਐਸ ਵਾਈ ਐਲ 'ਤੇ ਕੀ ਓਪੀਨੀਅਨ ਹੋਣਾ ਚਾਹੀਦਾ ਹੈ ਨਾ ਇਹ ਕੁਐਸਚਨ ਦੇ ਆਨਸਰ ਮਿਲਦੇ ਨਹੀਂ ਕਿਉਂ ਜਾਂ ਸੈਕਸ ਰੇਸ਼ੋ ਘੱਟ ਕਿਉਂ ਹੈ ਡਿਸਪਾਈਟ ਇਕਨੋਮਿਕ ਡਿਵੈਲਪਮੈਂਟ ਵਾਈ ਸੈਕਸ ਸੋਸ਼ਲ ਇੰਡੀਕੇਟਰਸ ਆਰ ਲੋ ਬਿਕੋਜ਼ ਯੂ ਹੈਵ ਟੂ ਗਿਵ ਫੁੱਲ ਪ੍ਰੂਫ ਆਨਸਰਸ ਟੂ ਦੀਸ ਕੁਐਸਚਨ ਸੋ ਸਰਟਨ ਓਪੀਨੀਅਨ ਬੇਸਡ ਕੁਐਸਚਨ ਆਈ ਵਿਲ ਕਮ ਇਨ ਲੈਕਚਰ ਠੀਕ ਹੈ ਆਪਾਂ ਇਸ ਤਰ੍ਹਾਂ ਦੇ 15-20 ਕੁਐਸਚਨ ਡਰੱਗ ਐਡਿਕਸ਼ਨ ਦੀ ਪ੍ਰੋਬਲਮ ਕਿ ਸੋਲੂਸ਼ਨ ਓਰੀਐਂਟਡ ਅਪਰੋਚ ਪ੍ਰੋਬਲਮਸ ਆਫ ਪੰਜਾਬ ਐਂਡ ਸੋਲੂਸ਼ਨ ਓਰੀਐਂਟਡ ਅਪਰੋਚ ਦੈਟ ਵਿਲ ਬੀ ਮਾਈ ਟਾਸਕ ਆਫ ਕਮ ਸੋ ਦੈਟ ਯੂ ਹੈਵ ਸਮ ਕਲੂਜ਼ ਅਬਾਊਟ ਵਟ ਯੂ ਹੈਵ ਟੂ ਸਪੀਕ ਇਨ ਲੈਕਚਰ ਰਿਗਾਰਡਿੰਗ ਯੂਅਰ ਸਟੇਟ ਕਹਿੰਦਾ ਐਂਡ ਫਿਊ ਕੰਪੈਰੀਜ਼ਨਸ ਲਾਈਕ ਥਿੰਗਸ ਕਿ ਜਿਹੜੇ ਜਿਹੜੇ ਪੁੱਛ ਲੈਂਦੇ ਆ ਕਿ ਉਹ ਪੰਜਾਬ ਅਤੇ ਗੁਜਰਾਤ ਜਾਂ ਪੰਜਾਬ ਅਤੇ ਮਹਾਰਾਸ਼ਟਰ ਦਾ ਥੋੜ੍ਹਾ ਜਿਹਾ ਹੁੰਦਾ ਜਿਵੇਂ ਕਿ ਸ਼ੋਰਟ ਅਨੈਲਿਸਿਸ ਟਾਈਪ ਦੇ ਥੋੜ੍ਹਾ ਜਿਹਾ ਮਾਈਂਡਸ ਥੋੜ੍ਹਾ ਜਿਹਾ ਦੈਟ ਇਜ਼ ਅ ਥਰਡ ਬੀ ਯੂ ਕੈਨੋਟ ਸੇ ਨੋ ਟੂ ਦੀ ਬੇਸਿਕ ਕੁਐਸਚਨ ਆਫ ਪੰਜਾਬ ਵਿਦਆਊਟ ਲੂਜ਼ਿੰਗ ਮਾਰਕਸ ਇਹ ਸਪੋਜ਼ ਦੇ ਆਸਕ ਯੂ ਵਾਈ ਵਟ ਇਜ਼ ਦ ਪ੍ਰੋਬਲਮ ਆਫ ਡਰੱਗ ਅਡਿਕਸ਼ਨ ਇਨ ਪੰਜਾਬ ਐਂਡ ਯੂ ਆਰ ਨੋਟ ਏਬਲ ਟੂ ਕਨਵਿੰਸ ਦੈਮ ਦੈਨ ਇਟ ਇਜ਼ ਡੈਮੇਜਿੰਗ If they ask you what are the three social problems faced by Punjab today, given the order of preference or priority, and you are not able to correctly answer, you cannot expect that you will get an answer. That is third thing. Third to unhone puchhiya, what is the growth rate of Indian economy? You say, sir, you are not aware, accepted. But if they ask you what is the contribution of agriculture to state GDP of Punjab, and you say, I don't know. You can't come out unharmed. Is it right? If they ask you how many districts are there in Punjab, how many constituencies are there, how many villages are there, how many blocks are there, and you say, I don't know. Who is the first Chief Minister of Punjab, first Speaker of Punjab, first Chief Justice of Punjab? And you don't know. So will it make any difference? Definitely. Definitely. What the point? ਇਹ ਆਪਣੇ ਪੱਕੇ ਹੋਣੇ ਸੀ ਬਿਲਕੁਲ ਪੱਕੇ ਡੈਟ ਕਿੰਨਾ ਪੰਜਾਬ ਦਾ ਕੀ ਫਿਸਕਲ ਡੈਫਿਸਿਟ ਹੈ ਕਿੰਨਾ ਹੈ ਨਾ ਜੀ ਡੀ ਪੀ ਕਿੰਨੀ ਹੈ ਪਰ ਕੈਪੀਟਲ ਇਨਕਮ ਕਿੰਨੀ ਹੈ ਕੀ ਰੈਂਕ ਹੈ ਇੰਡੀਆ ਦਾ ਪੰਜਾਬ ਦਾ ਪਰ ਕੈਪੀਟਲ ਇਨਕਮ No, you cannot say, sir, I don't know. Which is the highest literacy district in Punjab, lowest literacy kid hai. Most urbanized district kid hai. Rural district kid hai. Latest last form district kid hai. How many state national highways pass through Punjab? Total length of canal network kitni hai. Kitna percentage irrigated area hai. Gross crop area kitna hai. Hai na? Chemical fertilizer utilization kitni hai. Kitna percent Punjab contribute karta hai state central pool mein. ਵੀਟ ਪ੍ਰੋਡਕਸ਼ਨ ਕਿੰਨੀ ਹੈ ਰਾਈਸ ਪ੍ਰੋਡਕਸ਼ਨ ਕਿੰਨੀ ਹੈ ਟੌਪ 3 ਕਰੋਪ ਹੈ ਨਾ ਹਾਊ ਮੈਨੀ ਸਮਾਲ ਸਕੇਲ ਇੰਡਸਟਰੀਜ਼ ਆਰ ਦੇਅਰ ਇੰਡਸਟਰੀਅਲ ਆਊਟਪੁੱਟ ਕਿੰਨੀ ਹੈ ਸਟੇਟ ਜੀ ਡੀ ਪੀ ਨਾਓ ਕੈਨ ਯੂ ਅਫੋਰਡ ਟੂ ਸੇ ਨੋ ਟੂ ਦਿਸ ਕੁਐਸਚਨ ਯੂ ਕੈਨ ਨਾਟ ਯੂ ਸ਼ੁੱਡ ਨਾਟ ਮਤਲਬ ਇਹ ਕੁਐਸਚਨ ਦਾ ਤੁਸੀਂ ਨੋ ਕਹੋਗੇ ਤਾਂ ਥੋੜ੍ਹਾ ਜਿਹਾ ਨੈਗੇਟਿਵ ਦਾ ਓਪੀਨੀਅਨ ਜਾਏ ਯੂ ਮੇ ਨਾਟ ਨੋ ਸਟੇਟ ਸਮਾਲ ਸਕੇਲ ਟੋਟਲ ਨੰਬਰ ਆਫ ਸਮਾਲ ਸਕੇਲ ਇੰਡਸਟਰੀਜ਼ ਇਨ ਇੰਡੀਆ But you are coming from Punjab, you are appearing from Punjab, then you are expected that you should know
how many small scale industries are there in India? ਇਸ ਤੋਂ ਅੱਗੇ ਤੁਹਾਨੂੰ ਨਾ ਪਤਾ ਹੋਵੇ ਕਿੰਨਾ ਇੰਪਲੋਇਮੈਂਟ ਪਰਸੈਂਟੇਜ ਹੈਗਾ, ਠੀਕ ਹੈ, ਨਹੀਂ ਪਤਾ, ਹੈ ਨਾ, ਬਟ ਯੂ ਕੈਨੋਟ ਸੇ ਕਿ ਮੈਨੂੰ ਇਹ ਵੀ ਨਹੀਂ ਪਤਾ ਕਿੰਨੀ ਹੈ. ਯੂ ਕੈਨ ਆਲਵੇਜ਼ ਟੈਲ ਐਸਟੀਮੇਟਡ, ਠੀਕ ਹੈ, ਬਟ ਇਫ ਇਟ ਕਮਸ ਟੂ ਨੰਬਰ ਆਫ ਵਿਲੇਜਸ, ਨੰਬਰ ਆਫ ਐਗਜੈਕਟ, ਠੀਕ ਹੈ ਨਾ. ਸੋ ਵਟ ਵੀ ਆਰ ਡੂਇੰਗ ਇਜ਼ ਦੈਟ ਫੋਰ ਟੂ ਹੈਲਪ ਯੂ ਇਨ ਦਿਸ ਪਰਪਸ, ਵਟ ਵੀ ਵਟ ਵੀ ਆਰ ਡੂਇੰਗ ਇਜ਼ ਦੈਟ ਵੀ ਹੈਵ ਅ ਟੈਲੀਗ੍ਰਾਮ ਗਰੁੱਪ. ਤੁਸੀਂ ਸਾਰੇ ਟੈਲੀਗ੍ਰਾਮ 'ਤੇ ਹੈਗੇ? ਹਾਂ, ਜੇ ਟੈਲੀਗ੍ਰਾਮ 'ਤੇ ਹੋ ਨਹੀਂ ਹੈ ਤਾਂ ਵੈਬਸਾਈਟ 'ਤੇ ਵੀ ਅਸੀਂ ਪੋਸਟ ਕਰਾਂਗੇ. ਵੀ ਆਰ ਮੇਕਿੰਗ ਜਸਟ ਵਨ ਸ਼ੀਟਰ ਟੂ ਸ਼ੀਟਰਸ ਔਨ ਦੀ ਬੇਸਿਕ ਫੈਕਟਸ ਔਨ ਪੰਜਾਬ ਫੋਰਮ ਫਰੋਮ ਇੰਟਰਵਿਊ ਪੁਆਇੰਟ, ਉਹ ਅਸੀਂ ਉਹ ਸਾਰੇ ਪੋਸਟ ਕਰ ਦਿੰਦੇ ਹਾਂ. ਤੁਸੀਂ ਪ੍ਰਿੰਟ ਆਊਟ ਕਰਨਾ, ਆਪਾਂ ਟੁੱਟਾ ਮਾਰ ਲਓ, ਜਿਵੇਂ ਅਸੀਂ ਅੱਜ ਹੀ ਡਾਕੂਮੈਂਟ ਤਿਆਰ ਕੀਤਾ ਹੈ. ਬਿਕੋਜ਼ ਇਟ ਇਜ਼ ਹਾਈਲੀ ਟਰੰਕੇਟਿਡ ਡਾਕੂਮੈਂਟ, ਇਟ ਇਜ਼ ਓਨਲੀ ਫੋਰ ਇੰਟਰਵਿਊ, ਨੋਟ ਫੋਰ ਪ੍ਰੀ, ਨੋਟ ਫੋਰ ਮੀਨਸ ਕਿ ਇੰਟਰਵਿਊ 'ਚ ਇੰਨਾ ਕੀ ਯਾਦ ਰੱਖਣਾ. ਉਹ ਸਾਰਾ ਐਂਡ 'ਚ ਡਾਕੂਮੈਂਟ ਮੈਂ ਐਡਿਟ ਕਰਨਾ, ਮੇਰੇ ਕੋਲ ਲਾਸਟ ਆ ਰਿਹਾ, ਲਾਸਟ ਪ੍ਰੋਸੈਸ ਦੇ ਥਰੂ ਮੇਰੇ ਕੋਲ ਲਾਸਟ ਆ ਕੇ ਵੈਨ ਆਈ ਐਡਿਟਿਡ ਫਾਈਨਲੀ ਕਿ ਇਹ ਨਹੀਂ ਪੁੱਛਿਆ ਜਾਂਦਾ, ਇਹ ਪੁੱਛਿਆ ਜਾਂਦਾ, ਉਨਾ ਕੁ ਡਾਟਾ ਹੈ ਵਿਚ ਯੂ ਮਸਟ ਨੋ. ਹੁਣ ਸਟੇਟ ਟ੍ਰੀ ਕਿਆ, ਸਟੇਟ ਬਰਡ ਕਿਆ, ਸਟੇਟ ਹਿਮਲ ਕਿਆ, ਤਾਂ ਪਤਾ ਹੋਣਾ ਚਾਹੀਦਾ. ਪਹਿਲੇ ਟੂ ਟੂ ਪੇਜਰਸ ਹੈ, ਰੱਟਾ ਮਾਰ ਦੇਣਾ ਤੁਸੀਂ, ਬਸ ਥੋੜ੍ਹਾ ਕੰਮ ਇਹ ਹੈ. ਅਜੇ ਕਰਨਾ ਹੈ ਜੀ, ਅੱਜ ਤੋਂ ਸ਼ੁਰੂ ਕੀਤਾ, ਦੁਪਹਿਰ ਤੋਂ ਬਾਅਦ ਅਤੇ ਕੱਲ੍ਹ ਕੱਲ੍ਹ ਤੋਂ ਮਾਨ ਆ ਜਾਏਗਾ ਸਾਰਾ. ਵੈਬਸਾਈਟ 'ਤੇ, ਵੈਬਸਾਈਟ 'ਤੇ ਫ੍ਰੀ ਰਿਸੋਰਸਿਸ ਪਾ ਦਾਂਗੇ ਚਾਹੇ, ਅਦਰਵਾਈਜ਼ ਮੈਂ ਦੇਖ ਲੈਂਦਾ ਇੰਟਰਵਿਊ ਵਾਲੇ ਬੇਸ 'ਤੇ ਜੇ ਇੰਪੋਰਟੈਂਟ ਡਾਕੂਮੈਂਟਸ 'ਤੇ ਪਾ ਦਾਂ, ਉਹ ਪਾ ਦਾਂ, ਨਹੀਂ ਤਾਂ ਫ੍ਰੀ ਰਿਸੋਰਸਿਸ ਆ ਜਾਏਗਾ ਇੱਧਰ ਟੈਲੀਗ੍ਰਾਮ 'ਤੇ. ਡਾਲੇਂਗੇ ਉਹ ਟੈਲੀਗ੍ਰਾਮ ਗਰੁੱਪ ਕਾ ਲਿੰਕ ਆਪਕੋ ਮੈਸੇਜ ਕਰੇਂਗੇ. ਆਪਣਾ ਸਭ ਤੋਂ ਪੈਸੇ ਮੈਂ ਸਰ ਵੈਸੇ ਉਹਨੇ 30-35 ਡਾਕੂਮੈਂਟ 30-35 ਪੇਜੋਂ ਕਾ ਜੁਗਾੜ ਬਣਾਇਆ ਕਿ ਉਹਨੇ ਛੋਟੇ ਛੋਟੇ ਆਪਕੋ ਫੈਕਟਸ ਦੇਤੇ. ਉਹ ਟਾਈਮ ਕਮ ਹੈ ਨਾ, ਅਗਰ ਆਪ ਖੁਦ ਅਬ ਕਰਨੇ ਬੈਠ ਗਏ, ਅਬ ਤੱਕ ਕਰ ਲਿਆ ਤਾਂ ਠੀਕ ਹੈ, ਅਗਰ ਨਹੀਂ ਕਰਾਇਆ ਤੈਨ ਯੂ ਰੀਡ ਹੈਲਪ, ਯੂ ਕਾਂਟ ਰੀਡ ਦਾ ਹੋਲ ਬੁੱਕ ਐਂਡ ਫਾਈਂਡ ਆਊਟ 10 ਫੈਕਟਸ ਇਜ਼ ਦਾ ਇੰਪੋਰਟੈਂਟ ਨਾ. ਤੋ ਅਬ ਆਪ ਉਸ ਚੱਕਰ ਮੈਂ ਨਹੀਂ ਪੜਨਾ, ਯੂ ਹੈਵ ਟੂ ਰਿਲਾਈ ਔਨ ਅਸ. ਠੀਕ ਹੋ ਗਈ ਬਾਤ. ਦਿਸ ਦਿਸ ਵਾਜ਼ ਥਰਡ ਪਿਲਰ, ਨਾਓ ਫੋਰਥ ਪਿਲਰ. ਫੋਰਥ ਪਿਲਰ ਇਜ਼ ਕਰੰਟ ਅਫੇਅਰਸ. ਨਾਓ ਕਰੰਟ ਅਫੇਅਰਸ ਪਲੱਸ ਥਰਡ ਆਈ. ਕਰੰਟ ਅਫੇਅਰਸ ਇਨ ਦਾ ਵੇ ਸੀ ਇਕੋਨਮੀ, ਔਰ ਸਿਲੈਕਟ 20 ਇਸ਼ੂਸ ਜਿਹੜਾ ਚੱਲ ਰਿਹਾ ਉਹ ਕਰੰਟ ਅਫੇਅਰ ਆਪਾਂ ਕਰਨਾ, 20-25 ਇਸ਼ੂਸ ਬਣਦੇ ਨਾ ਉਹਦੇ ਨਾਲ ਹੀ ਐਸੋਸੀਏਟਡ. ਦੈਨ ਯੂ ਹੈਵ ਟੂ ਡੂ ਸਮ ਥਰਡ ਆਈ ਥਿੰਕ ਕਿ ਕੁਛ ਫੈਕਟਸ ਉਹਦੇ ਨਾਲ ਹੈ. ਥਰਡ ਆਈ, ਫਿਫਥ ਆਈ, ਫੋਰਥ ਆਈ, ਵਟ ਐਵਰ ਯੂ ਸੇ, ਕਿ ਥੋੜ੍ਹਾ ਜਿਹਾ ਉਹਦੇ ਨਾਲ ਐਸੋਸੀਏਟਡ ਥਿਊਰੀ ਵੀ ਕਰ ਲਈਏ. ਫੋਰ ਐਗਜ਼ਾਮਪਲ ਮੋਨਟਰੀ ਪੋਲਿਸੀ ਆਈ ਨਾਲ ਤੁਸੀਂ ਮਾੜਾ ਜਿਹਾ ਕਰ ਲਓ, ਵਟ ਇਜ਼ ਐਸ ਐਲ ਆਰ, ਵਟ ਇਜ਼ ਸੀ ਆਰ ਆਰ, ਹੈਂਜੀ, ਡੀਅਰ ਮਨੀ ਪੋਲਿਸੀ, ਈਜ਼ੀ ਮਨੀ ਪੋਲਿਸੀ, ਹੈਂਜੀ, ਕਿਆ ਕਹਿੰਦੇ ਇਸ ਤਰ੍ਹਾਂ ਛੋਟੀ ਚੀਜ਼ਾਂ. ਹੁਣ ਆਈ ਕਾਂਟ ਟੈਲ ਯੂ ਕਿ ਯੂ ਰੀਡ ਹੋਲ ਇਕੋਨਮੀ, ਜਿਹੜੀ ਤੁਹਾਨੂੰ ਆਉਂਦੀ ਹੈ ਹੁਣ ਆਉਂਦੀ ਹੈ, ਡੋਂਟ ਵਰੀ, ਉਹ ਮੇਨਸ ਦਿੱਤਾ ਹੋਇਆ ਸਭ ਕੁਝ ਦਿੱਤਾ ਹੋਇਆ, ਐਂਡ ਆਲ ਆਫ ਯੂ ਆਰ ਸਿਵਲ ਸਰਵਿਸ ਪਰਸਨਸ ਪੀਪਲ ਆਫ ਸੋ, ਤਾਂ ਉਹਨਾਂ ਤਾਂ ਆਉਂਦਾ ਹੀ ਹੈ. ਤੁਸੀਂ ਆਪਣਾ ਕੋਈ ਰਜਿਸਟਰ ਬਣਾਇਆ ਹੋਇਆ, ਆਪਣੇ ਨੋਟਸ ਬਣਾਏ, ਇੱਕ ਵਾਰ ਰੈਡੀ ਮਾਰਕਸ ਕੋਲ ਹੈਲਪ ਸੀ, ਬਟ ਦੈਟਸ ਅ ਫੋਰਥ ਪਿਲਰ. ਕਰੰਟ ਦੇ ਨਾਲ ਕੋਈ ਥਿਊਰੀ ਬਣਦੀ ਹੈ ਉਨੀ ਥਰੂ ਕਰ ਲੈਣੀ ਹੈ. ਯੂ ਆਰ ਗੈਟਿੰਗ ਅ ਪੁਆਇੰਟ? ਜਿਵੇਂ ਪੋਲਿਟੀ ਆ ਗਈ, ਹੁਣ ਸਪੋਜ਼ ਇਲੈਕਸ਼ਨਸ ਦਾ ਹੈਗਾ, ਹੁਣ ਇਲੈਕਸ਼ਨ 'ਚ ਆਪਾਂ ਨੂੰ ਕੋਈ ਇੰਟਰਸਟ ਨਹੀਂ ਕਿਹੜੀ ਪਾਰਟੀ ਜਿੱਤੇਗੀ, ਕਿਹੜੀ ਪਾਰਟੀ ਹਾਰੇਗੀ, ਬਟ ਆਈ ਐਮ ਮੋਰ ਕੰਸਰਨ ਅਬਾਊਟ EVMs, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਜਾਂ VVPATs, ਕਿਆ ਕੰਟਰੋਵਰਸੀ ਹੈ, ਪ੍ਰੋਜ਼ ਐਂਡ ਕੌਨਸ. ਇਹ ਕਰੰਟ ਦਾ ਹੋ ਗਿਆ, ਹੁਣ ਇਲੈਕਸ਼ਨ ਕਮਿਸ਼ਨ ਦੇ 324 ਆਰਟੀਕਲ 323 ਰੂਪਾ, ਰਿਪ੍ਰਜੈਂਟੇਸ਼ਨ ਆਫ ਪੀਪਲ ਐਕਟ, ਰਿਲੀਜਨ, ਕਾਸਟ, ਉਹ ਕੀ ਬਣ ਗਿਆ ਸਟੈਟਿਕ ਥਰਡ ਆਈ. ਕੋਲੀਸ਼ਨ ਗਵਰਨਮੈਂਟ ਦਾ ਆ ਗਿਆ, ਉਹ ਥਰਡ ਆਈ ਆ ਗਿਆ ਕਿ ਇੰਨਾ ਤਿਆਰ ਕਰ ਲੈਣਾ ਕਿਉਂਕਿ ਇਲੈਕਸ਼ਨ ਚੱਲ ਰਿਹਾ ਕਰੰਟ ਦਾ. ਗੋਟ ਮਾਈ ਪੁਆਇੰਟ? ਉਹਨਾਂ ਕੋਲੀਸ਼ਨ ਗਵਰਨਮੈਂਟ ਤੋਂ ਪੁੱਛ ਸਕਦੇ ਕਿ ਵਟ ਇਜ਼ ਕੋਲੀਸ਼ਨ ਧਰਮਾ, ਹੂ ਗੇਵ ਦਿਸ ਕੰਸੈਪਟ ਕੋਲੀਸ਼ਨ ਧਰਮਾ, ਵਾਜਪਾਈ, ਵਟ ਇਜ਼ ਦੈਟ,
पूछ लें व्हाट आर द प्रोज एंड कॉन्स ऑफ कोलिशन गवर्नमेंट, सिंगल लार्जेस्ट पार्टी, क्या तब तक तो हो जाएगा कम सारा, बट इलेक्शन का रहेगा भी एक्स्ट्रा जुडिशरी की प्रॉब्लम हुई थी पीछे सुप्रीम कोर्ट की सेक्सुअल हरासमेंट के केस, देन सम इम्पॉर्टेंट फैक्ट्स अबाउट पावर्स ऑफ जुडिशरी चीफ जस्टिस वो एसोसिएटेड हो जाएगा इम्पॉर्टेंट आर्टिकल्स रिगार्डिंग जुडिशरी वो ना कर लिया है ना, क्योंकि एक्सपेक्टेड ये होता है इंक्लूजन की इवन इफ दे आस्क अ स्टैटिक क्वेश्चन उसका कुछ करंट इम्प्लीकेशन जरूर होता है, तो वही सेफेस्ट है करना, अदरवाइज सारी पॉलिटिक्स तैयार कर दी, सारी इकोनॉमी, सारी साइंस, सारी हिस्ट्री, सारी ज्योग्राफी, इज इट पॉसिबल? नहीं। उन फानी साइक्लोन आया थोड़ा डिजास्टर मैनेजमेंट तैयार होना चाहिए, साइक्लोन की होंगे टेम्परेट साइक्लोन ट्रॉपिकल साइक्लोन में कुछ डिफरेंस की है ना, तो भाई जो ट्रॉपिकल साइक्लोन्स हैं दे राइज अबव वाटर ओनली है ना, देन दे मूव टूवर्ड्स एंड व्हाई दे डाउन ऑन द लैंड है ना, नेमिंग किस तरह करते हैं साइक्लोन, ये सब कितना होना है पीछे सब जस्ट क्वेश्चन ऑफ ब्रशिंग, तुमको वोल्केनिक इरप्शन होगी अर्थक्वेक आ गया थोड़ा जहाँ अर्थक्वेक वोल्केनिक इरप्शन इकोनॉमी छोटे छोटे अगर जिन्ना पॉसिबल होगा उन्ना अं पाते लोगों को क्या करंट अफेयर इशू है, ये प्रोज है, कौन सा तैयार है कर इन वट एवर वे की वीकेंड है, तुम बस रेगुलरली उस ग्रुप को ट्रैक करना है याद रखना है ना, नंबर फोर पीपल आर आफ्टर दैट फॉर डिवेलपिंग आई हैव एलोकेटेड फोर पर्सन फॉर डिवेलपिंग दिस देयर आफ्टर यू यू आर नॉट प्रिपेयरिंग अलोन, इट इज वन प्लस फाइव इंक्लूडिंग मी ठीक है ना, वन प्लस फाइव, तो दिस आर द फोर पिलर्स ऑफ प्रिपरेशन एंड दिस इज द शॉर्टेस्ट पॉसिबल कट, पहले तीन पिलर फोर डेज 22, 23, 24, 25, 26 फाइव भी है इंटू किसी तरह एनी वीडियो 27, 28 सिटिंग है तो डेढ़ तो है बस तुझे इन्ना की करना बस ज़्यादा नहीं सेटी होगा तुझे कर लो वैसे पहले तैयारी दिस नो हाउ दिस नो रिस्क ठीक है ना कर ही लो बाकी देख है मैं विवेक सर कोई भी दिक्कत हो कोई किसी फसो किसी को जस्ट मीट अस